Flattern. Flattern. ਸੁਬਹ ਸੁਬਹ ਬਾਹਰ ਆਇਆ ਸੀ ਜੀ, ਥੋੜ੍ਹਾ ਜਿਹਾ ਗਮਲਿਆਂ ਨੂੰ ਪਾਣੀ ਸ਼ਾਣੀ ਲਾਇਆ, ਮੈਂ ਉਹ ਲਾ ਦਿੰਦੇ ਹਾਂ ਅਤੇ ਅਮਾਨਤ ਤੁਰੀ ਜਿਹੜੇ ਅੰਨਾ ਜੀ ਆਪਣੀ ਤਿਆਰੀ ਕਰਕੇ ਦੁਕਾਨਦਾਰੀ ਦੀ, ਉਹ ਜਾ ਰਹੇ ਨੇ ਬਾਹਰ ਪਰਾਠੇ ਛਿੜਾ। ਪਰਾਠੇ ਕਿਹੜੇ ਕਿਹੜੇ ਲਾਉਂਦੇ ਜੇ? ਆਲੂ ਵਾਲੇ ਔਰ ਮੂਲੀ ਵਾਲੇ ਪਰਾਠੇ, ਅਤੇ ਉਸ ਤੋਂ ਇਲਾਵਾ ਚਿਪਸ ਵਗੈਰਾ, ਪਕੌੜਾ, ਸਮੋਸਾ, ਪਕੌੜਾ ਸਮੋਸਾ ਸਾਰੀਆਂ ਚੀਜ਼ਾਂ ਲਾਓ। ਹਾਂ, ਪਕੌੜਾ ਵੀ ਲਾਓ, ਸਮੋਸਾ ਵੀ ਲਾਓ, ਚਿਪਸ ਵੀ ਲਾਓ, ਤਾਂ ਕਿ ਛੋਟਾ ਮੋਟਾ ਗਾਹਕ ਟੁਰਿਆ ਰਹੇ, ਰੌਣਕ ਬਣੀ ਰਹਿੰਦੀ। ਚਲੋ ਅੱਲਾਹ ਤਾਲਾ ਕਾਮਯਾਬੀ ਦੇਵੇ। ਆਮੀਨ ਆਮੀਨ। ਅੱਜ ਤੋਂ 10-15 ਸਾਲ ਪਹਿਲੇ ਦੀ ਗੱਲ ਮੈਂ ਆਪਣੇ ਘਰ ਦੀ ਕਰਨਾ ਨਾ, ਤੇ ਸਾਡਾ ਵੀ ਇਸੇ ਤਰ੍ਹਾਂ ਦਾ ਹੀ ਮਾਹੌਲ ਹੁੰਦਾ ਸੀ। ਇੰਝ ਦਾ ਸਾਡਾ ਇੱਕ ਛੱਪਰ ਬਣਿਆ ਸੀ, ਜਿਵੇਂ ਦਾ ਹੁਣ ਕਮਰੇ ਦੀ ਛੱਤ ਹੈ ਨਾ, ਇਵੇਂ ਦਾ ਹੀ ਛੱਪਰ ਬਣਾਇਆ ਹੋਇਆ ਸੀ, ਬਿਲਕੁਲ ਇਸੇ ਤਰ੍ਹਾਂ ਦਾ। ਤੇ ਉਹਦੇ ਵਿੱਚ ਅਸੀਂ ਅੱਗ ਬਾਲਦੇ ਸੀ, ਤੇ ਨਾ ਕੋਈ ਸਰਦੀ ਲੱਗਣੀ, ਨਾ ਕੋਈ ਗੱਲ, ਨਾ ਬਾਤ। ਜਿਤਨੀ ਦੇਰ ਅੱਗ ਚੁੱਲ੍ਹੇ ਵਿੱਚ ਹੈ ਨਾ, ਉਸ ਕਮਰੇ ਦੇ ਅੰਦਰ ਕੋਈ ਸਰਦੀ ਨਹੀਂ। ਬਗੈਰ ਚਾਦਰ, ਬਗੈਰ ਜਰਸੀ, ਬਗੈਰ ਕੋਟ ਦੇ, ਬਗੈਰ ਮਤਲਬ ਬਿਸਤਰੇ ਦੇ ਉੱਥੇ ਬਹਿਣਾ। ਸੁਬਹਾ ਦਾ ਨਾ ਜੀ ਬੇਗਮ ਨੇ ਇੱਕ ਰੋਲੇ 'ਚ ਪਾ ਛੱਡਿਆ ਵਾ। ਬੇਗਮ ਕਹਿੰਦੀ ਜੀ ਇਹ ਵਾਲੀ ਜਿਹੜੀ ਡਿਊਟੀ ਹੈ ਨਾ, ਇਹ ਮੈਨੂੰ ਉੱਧਰ ਲਵਾ ਕੇ ਦੇ। ਇੱਥੇ ਪਹਿਲੇ ਲਵਾਇਆ ਸੀ ਨਾ, ਕਿਉਂਕਿ ਮੇਰਾ ਖਾਡਾ ਜਿਹੜਾ ਨਾ ਇੱਥੇ ਬਣਨਾ ਸੀ, ਖੁਰਾ ਮੈਂ ਇੱਥੇ ਬਣਵਾਉਣਾ ਸੀ ਨਾ, ਮੇਰੇ ਪਾਣੀ ਦੀ ਢਾਲ ਇੱਥੇ, ਉਹ ਪਰਨਾਲਾ ਵੀ ਮੈਂ ਇਸੇ ਜਗ੍ਹਾ 'ਤੇ ਰੱਖਿਆ ਹੋਇਆ। ਹੁਣ ਇੱਥੇ ਸਾਡਾ ਇਹ ਇਸਤੇਮਾਲ ਹੀ ਨਹੀਂ ਹੁੰਦਾ, ਇਹਨੂੰ ਪੈਪ ਲਾਇਆ ਹੋਇਆ ਸੀ, ਮੈਂ ਉਹ ਉੱਥੇ ਲੈ ਕੇ ਗਿਆ ਹੋਇਆ ਸੀ, ਲੇਕਿਨ ਉਹ ਪੈਪ ਚਲਾ ਗਿਆ ਹੁਣ ਪਿੱਛੇ, ਅਤੇ ਉੱਥੇ ਫਿਰ ਹਰ ਟਾਈਮ ਜ਼ਰੂਰਤ ਹੁੰਦੀ ਪਾਣੀ ਦੀ, ਅਤੇ ਉਹ ਪਿੱਛੇ ਰਹਿ ਗਿਆ। ਅਤੇ ਮੈਂ ਹੁਣ ਕਿਹਾ ਵੀ ਚਲੋ ਨਾ ਇੱਥੋਂ ਜਿਹੜਾ ਨਾ ਇਹਦਾ ਕੁਨੈਕਸ਼ਨ ਕਰਵਾ ਕੇ ਨਾ, ਅਤੇ ਇੱਥੇ ਦੀ ਟੂਟੀ ਲਵਾ ਦਿੰਦੇ, ਇਹਦੇ ਥੋੜ੍ਹਾ ਜਿਹਾ ਇੱਟਾਂ ਨਾਲ ਪਿੱਲਰ ਜਿਹਾ ਬਣਾ ਦਿਆਂਗੇ, ਉਹਦੇ ਵਿੱਚ ਟੂਟੀ ਜਿਹੜੀ ਹੈ ਨਾ ਫਿਕਸ ਕਰਵਾ ਦਿਆਂਗੇ। ਔਰ ਇੱਥੋਂ ਇੱਕ ਟੈਂਕੀ ਦੇ ਕੋਲੋਂ ਇਹਦਾ ਕੁਨੈਕਸ਼ਨ ਕਰਵਾਉਂਦੇ ਹਾਂ। ਇਹ ਪੈਪ ਦਾ ਟੋਟਾ ਮੈਂ ਹੁਣ ਲੈ ਕੇ ਆਇਆ, ਇਹ ਇਹਦਾ ਕੁਨੈਕਸ਼ਨ ਕਰਵਾ ਕੇ ਨਾ, ਅਤੇ ਇਸ ਤਰ੍ਹਾਂ ਲਿਆ ਕੇ, ਅਤੇ ਇੱਥੇ ਜਿਹੜਾ ਨਾ ਜੀ ਇਹਦਾ ਟੂਟੀ ਲਵਾ ਦਿੰਦੇ ਹਾਂ, ਇੱਕ ਉਹ ਵਾਲਾ ਹੀ ਵਾਲ ਜਿਹੜਾ ਨਾ ਉਧਰੋਂ ਬੰਦ ਕਰਵਾ ਦਿੰਦੇ ਹਾਂ, ਅਤੇ ਇੱਥੇ ਉਹ ਵਾਲਾ ਵਾਲ ਹੀ ਜਿਹੜਾ ਨਾ ਇੱਥੇ ਲਵਾ ਦਿਆਂਗੇ, ਤਾਂ ਕਿ ਇੱਥੇ ਫਿਰ ਨਾ ਆਰਾਮ ਸਕੂਨ ਨਾਲ ਬਰਤਨ ਵਗੈਰਾ, ਕੱਪੜੇ ਵਗੈਰਾ ਧੋਣੇ ਹੋਣ ਨਾ, ਅਤੇ ਉਹ ਸਕੂਨ ਨਾਲ ਧੋਤੇ ਜਾ ਸਕਦੇ ਨੇ। ਸਮਾਨ ਉਸਦਾ ਮੈਂ ਲੈ ਆਇਆ ਜੀ ਸਾਰਾ, ਇਹ ਸਾਰੀਆਂ ਐਲਬੋ ਸ਼ੈਲਬੋ ਜੋ ਜੋ ਵੀ ਲੱਗਣਾ ਸੀ ਨਾ, ਮੈਂ ਸਭ ਕੁਝ ਹੀ ਲੈ ਆਇਆ। ਅਤੇ ਇਹ ਵਾਲੇ ਸਾਡਾ ਇੱਥੇ ਲੱਗ ਜਾਏਗਾ ਵਾਲ, ਇਹ ਵਾਲੇ ਪੈਪ ਦੇ ਕੁਛ ਟੋਟੇ ਮੇਰੇ ਕੋਲ ਪਹਿਲੇ ਦੇ ਪਏ ਹੋਏ ਹਨ, ਅਤੇ ਕੁਛ ਜਿਹੜਾ ਨਾ ਮੈਂ ਹੁਣ ਇਹ ਨਵਾਂ ਟੋਟਾ ਲੈ ਕੇ ਆਇਆ, ਤਕਰੀਬਨ 7-8 ਫੁੱਟ ਹੈਗਾ, ਅਤੇ ਇਹ ਇਸਤੇਮਾਲ ਹੋ ਜਾਏਗਾ। ਬਾਈ ਨੂੰ ਇੱਕ ਮੈਂ ਫੋਨ ਕੀਤਾ, ਮੈਂ ਸੁਬਹਾ ਦਾ ਸਿਰਫ ਮੈਨੂੰ ਲੇਟ ਇਸ ਵਜ੍ਹਾ ਤੂੰ ਹੋ ਗਈ ਵੀ ਤਕਰੀਬਨ 11-12 ਦਾ ਟਾਈਮ ਜਿਹੜਾ ਨਾ ਉਹ ਹੁੰਦਾ ਪਿਆ, ਅਤੇ ਬਾਈ ਅੱਗੋਂ ਕੁਨੈਕਸ਼ਨ ਕਰਨ ਵਾਲਾ ਕੋਈ ਨਹੀਂ ਲੱਭਦਾ ਨਾ, ਕੋਈ ਵੀ ਪਲੰਬਰ ਜਿਹੜਾ ਨਾ ਉਹ ਤੁਹਾਨੂੰ ਪਤਾ ਇੰਝ ਤਾਂ ਕੋਈ ਨਾ ਬਾਜ਼ਾਰ 'ਚ ਬੈਠੇ ਹੁੰਦੇ ਨੇ, ਰੋਡ 'ਤੇ ਬੈਠੇ ਹੁੰਦੇ ਨੇ, ਆਪੋ ਆਪਣੇ ਕੰਮਾਂ 'ਤੇ ਲੱਗੇ ਹੁੰਦੇ ਨੇ, ਫਿਰ ਉਹ ਜਿਹੜਾ ਨਾ ਕਰਕੇ ਫੋਨ ਕਾਫੀ ਦੇਰ ਖੱਪ ਖਪਈਆ ਬਣਾ ਕੇ ਫਿਰ ਜਾ ਕੇ ਇੱਕ ਬੰਦੇ ਨਾਲ ਰਾਬਤਾ ਹੋਇਆ, ਅਤੇ ਉਹ ਵੀ ਹਾਲੇ ਦੂਸਰੇ ਕੰਮ 'ਤੇ ਖੜ੍ਹਾ ਸੀ, ਅਤੇ ਉਹਨੂੰ ਕਿਹਾ ਯਾਰ ਤੂੰ 10 ਮਿੰਟ ਕੱਢ ਕੇ ਆ ਕੇ ਨਾ, ਅਤੇ ਮੇਰਾ ਸਿਰਫ 3-4 ਕੁਨੈਕਸ਼ਨ ਹੈਗੇ ਨੇ, 3-4 ਜੋੜ ਨੇ, ਉਹ 3-4 ਜੋੜ ਜਿਹੜੇ ਨਾ ਉਹ ਮੈਨੂੰ ਲਾ ਕੇ ਦੇ ਜੇ, ਤੇਰੀ ਮਿਹਰਬਾਨੀ ਆ, ਤਾਂ ਕਿ ਮੇਰਾ ਇਹ ਕੰਮ ਨਿਬੜੇ। ਅਗਰ ਹੁਣ ਫਿਰ ਰਹਿ ਗਿਆ ਨਾ, ਤਾਂ ਫਿਰ ਅੱਗੇ ਤਰ੍ਹਾਂ ਲੱਗੇ ਪ੍ਰੋਗਰਾਮ ਤਾਂ ਮੇਰਾ 6ਵੇਂ ਮਹੀਨੇ ਦਾ ਬਣਿਆ ਹੋਇਆ, ਜਦੋਂ ਦਾ ਲੈਂਡਰ ਪਾਇਆ ਉਦੋਂ ਦਾ ਬਣਿਆ ਹੋਇਆ ਕਿ ਇਹ ਵਾਲੀ ਟੂਟੀ ਜਿਹੜੀ ਹੈ ਨਾ ਉੱਥੇ ਲੈ ਕੇ ਜਾਣੀ ਆ, ਲੇਕਿਨ ਉਹ ਬਸ ਜ਼ਿਹਨ 'ਚ ਹੀ ਨਹੀਂ ਸੀ ਆਉਂਦਾ, ਨਿਕਲ ਜਾਂਦਾ ਸੀ ਜਾਂ ਫਿਰ ਮਤਲਬ ਸੁਸਤ ਹੋ ਜਾਣਾ ਵੀ ਚੱਲ ਠੀਕ ਹੈ ਯਾਰ ਕਰ ਲਾਂਗੇ ਕਰ ਲਾਂਗੇ। ਇੱਕ ਤਾਂ ਸਾਰਾ ਜਿਹੜਾ ਨਾ ਜੀ ਇਹ ਲੈਂਟਰ ਖਰਾਬ ਹੁੰਦਾ ਪਿਆ, ਪਾਣੀ ਜਿਤਨਾ ਲੈਂਟਰ ਉੱਤੇ ਹਰ ਟਾਈਮ ਚੱਲਦਾ ਰਹੇਗਾ ਨਾ, ਤਾਂ ਲੈਂਟਰ ਦੀ ਨਮੀ ਜਿਹੜੀ ਹੈ ਨਾ ਉਹ ਥੱਲੇ ਜਾਂਦੀ ਰਹਿੰਦੀ, ਔਰ ਥੱਲੋਂ ਛੱਤ ਸਾਰੀ ਜਿਹੜੀ ਹੈ ਨਾ ਉਹ ਬਿਲਕੁਲ ਦਾਗ ਧੱਬੇ ਨਾਲ ਬਣੇ ਪਏ ਨੇ, ਇਧਰੋਂ ਪਾਣੀ ਹੋ ਜਾਏਗਾ ਬੰਦ ਹੈ ਸਾਰੀ ਨਾ, ਖੁਸ਼ਕ ਹੋ ਜਾਏਗੀ ਜਗ੍ਹਾ, ਅਤੇ ਉੱਥੇ ਪਾਣੀ ਚੱਲੇਗਾ ਅਤੇ ਉਹ ਪਾਣੀ ਤਾਂ ਫਿਰ ਥੱਲੇ ਜਾਏਗਾ ਨਾ, ਉਹ ਲੈਂਟਰ ਦੇ ਉੱਤੇ ਨਹੀਂ ਰਹਿੰਦਾ, ਉਹ ਕੂੜਾ ਬਣਿਆ ਥੱਲੇ ਪੈਪ ਲੱਗਿਆ, ਥੱਲੇ ਜਾ ਕੇ ਨਾ ਸੀਵਰੇਜ ਚਲਾ ਜਾਂਦਾ। ਮੈਂ ਕਿਹਾ ਜੀ ਇਹ ਜਿਹੜਾ ਨਾ ਅੱਜ ਲਾਜ਼ਮੀ ਕਰਵਾ ਲਈਏ। ਹਾਂਜੀ, ਹੁਣ ਤੁਹਾਡੀ ਇੱਥੇ ਡਿਊਟੀ ਲੱਗ ਜਾਏਗੀ ਅਤੇ ਖੈਰ ਸਲਾਹ ਹੋ ਜਾਏਗੀ। ਹਾਂਜੀ ਹੋ ਜਾਏਗੀ। ਅੱਛਾ,
ਚਲੋ ਠੀਕ। ਉਹ ਬਾਈ ਆਂਦਾ ਪਿਆ ਥੋੜੀ ਦੇਰ ਬਾਅਦ ਉਹ ਆ ਜਾਂਦਾ ਤੇ ਉਹ ਜਿਹੜਾ ਨਾ ਕਨੈਕਸ਼ਨ ਕਰ ਦੇਗਾ, ਜਿਵੇਂ ਉਹ ਕਨੈਕਸ਼ਨ ਕਰਕੇ ਟੂਟੀ ਲਾ ਦੇਗਾ ਨਾ ਤੇ ਫਿਰ ਇੱਥੇ ਸੀਮੈਂਟ ਵੀ ਮੈਂ ਲੈ ਆਂਦਾ ਤੇ ਫਿਰ ਇੱਥੇ ਉਹ ਜਿਹੜਾ ਨਾ ਬਣਾ ਕੇ ਥੋੜਾ ਜਿਹਾ ਪਿੱਲਰ ਜਿਹਾ ਉਹਦੇ ਵਿੱਚ ਉਹ ਕਾਬੂ ਕਰਦੇ ਸੀ ਟੂਟੀ ਤੇ ਉਹ ਫਿਰ ਪੱਕੀ ਹੋ ਜਾਸੀ। ਅੱਜ ਦੀ ਦਿਹਾੜੀ ਉਹ ਨਾ ਇਸਤੇਮਾਲ ਕੀਤੀ, ਕੱਲ੍ਹ ਨੂੰ ਉਹ ਫਿੱਟ ਹੋ ਜਾਏਗੀ। ਠੀਕ ਹੈ ਨਾ। ਇੱਥੇ ਬਾਹਰ ਫਿਰ ਇਹ ਹੈ ਨਾ ਵੀ ਇੱਥੇ ਕਾਫੀ ਸਾਰਾ ਕੰਮ ਬੰਦਾ ਧੁੱਪ ਤੇ ਬਹਿ ਕੇ ਕਰ ਸਕਦਾ, ਸਰਦੀਆਂ ਸਾਰੀਆਂ ਜਿਹੜੀਆਂ ਨਾ ਬੰਦਾ ਬਾਹਰ ਇੱਥੇ ਛੱਤ ਦੇ ਉੱਤੇ ਕੰਮ ਕਰ ਸਕਦਾ, ਜਿਹੜਾ ਘਰ ਦਾ ਕੰਮ ਕਰਨ ਵਾਲਾ ਹੋਇਆ। ਚਲੋ ਨਹੀਂ ਹੁਣੇ ਲੱਗ ਜਾਣੀ ਹੈ, ਆਉਂਦਾ ਪਿਆ ਬਾਈ ਨੂੰ ਮੈਂ ਫੋਨ ਕੀਤਾ ਤੇ ਉਹ ਦੂਸਰੇ ਕੰਮ ਤੇ ਖੜਾ ਸੀ, ਉਹ ਅਸਲ ਲੇਟ ਵੀ ਇਸੇ ਵਜ੍ਹਾ ਤੋਂ ਹੋ ਗਈ ਵੀ ਉਹ ਕੰਮ ਤੇ ਬੰਦੇ ਹੁੰਦੇ ਨਾ, ਹੁਣ ਬਾਹਰ ਅੱਡੇ ਤੇ ਥੋੜੇ ਖਲੋਤਾ ਹੁੰਦਾ ਬੰਦਾ ਤੇ ਉਹਨੂੰ ਫਿਰ ਆਖਿਆ ਤੇ ਉਹ ਕਹਿੰਦਾ ਯਾਰ ਮੈਂ ਉੱਥੋਂ ਆ ਕੇ ਨਾ 10 ਮਿੰਟ ਟਾਈਮ ਕੱਢ ਕੇ ਤੈਨੂੰ ਇਹ ਜੋੜ ਲਾ ਦਿੰਦਾ। ਮੈਂ ਚੱਲ ਠੀਕ ਹੈ, ਨਾਲੇ ਉਹ ਸੁਬਹਾ ਹੀ ਲੱਗਣੀ ਹੈ ਨਾ ਜਦੋਂ ਉਹਨੂੰ ਸੀਮੈਂਟ ਕਰਨਾ, ਇੱਟਾਂ ਸ਼ੀਟਾਂ ਨੂੰ ਤੂੰ ਪੱਕੀਆਂ ਹੋਣ ਤੇ ਟਾਈਮ ਲੱਗਣਾ, ਸੁਬਹਾ ਹੀ ਜਾ ਕੇ ਉਹ ਇਸਤੇਮਾਲ ਹੋਣਾ ਸ਼ੁਰੂ ਹੋਏਗਾ। ਵਾਲੇਕੁਮ ਅਸਲਾਮ ਜੀ। ਵਾਲੇਕੁਮ ਕੱਲ ਇਹਨਾਂ ਨੇ ਤਕਸੀਮ ਕੀਤੇ ਮਾਸ਼ਾਅੱਲਾ, ਕੱਲ ਸਾਰੇ ਇਹਨਾਂ ਨੇ ਜਿਹੜੇ ਬਣਾਏ ਸੀ ਨਾ ਸਾਰੇ ਇਹਨਾਂ ਨੇ ਤਕਸੀਮ ਕੀਤੇ ਆ। ਇਹ ਉਹਦੇ ਵਿੱਚੋਂ ਆਪਣੇ ਅਸੀਂ ਸਲੈਕ ਪਰਾਠਾ ਮਾਸ਼ਾਅੱਲਾ ਬੜਾ ਸੋਹਣਾ ਬਣਾਉਂਦੇ ਨੇ ਕੋਈ ਬਾਤ ਨੀ। ਉਹਦੀ ਹੈ ਸੁਬਹ ਜਿਹੜੀ ਬੱਚੀ ਕੋਈ ਚਲੋ ਵੈਸੇ ਵੀ ਕੋਈ ਚਾਹ ਬਣਾ ਲੈਣੇ ਦੋ ਕੱਪ ਉਹਦੇ ਨਾਲ ਖਾ ਲਾਂਗੇ। ਇੱਕ ਅੱਧਾ ਦਿਨ ਨੀ ਫ੍ਰੀ ਵਾਲਾ ਕੰਮ ਤੇ ਇੱਕ ਅੱਧਾ ਦਿਨ ਨੀ ਹੁੰਦਾ ਨਾ ਬੋਲ ਡੇਲੀ ਦਿਨ ਲੋਕਾਂ ਨੇ ਅਗਰ ਚਾੜਨ ਦਿੱਤਾ ਤੇ ਨਹੀਂ ਬਾਜੀ ਨਸੀਬ ਤੈਨੂੰ ਹਲੇ ਨੀ ਪਤਾ, ਤੈਨੂੰ ਹਲੇ ਯੂਟਿਊਬ ਦਾ ਪਤਾ ਨੀ, ਹਲੇ ਤੂੰ ਨਵੇਂ ਨਵੇਂ ਆਏ ਜੇ ਨਾ ਉਹ ਜਿਹੜੇ ਨਹੀਂ ਨਹੀਂ ਉਹਨਾਂ ਦੀ ਗੱਲ ਨੀ ਕਰਦਾ ਪਿਆ ਜਿਹੜੇ ਪਹਿਲੇ ਨੇ, ਇਹ ਹਾਲੇ ਤੇ ਹੈਗਾ ਲੋਕਾਂ ਨੇ ਬੜੀਆਂ ਗੱਲਾਂ ਕਰਨੀਆਂ ਨੇ। ਇਹ ਤੇ ਆਪਣੇ ਤੇ ਡਿਪੈਂਡ ਕਰਦਾ ਹੈ ਕਿ ਅਸੀਂ ਕਿਵੇਂ ਇੱਕ ਦੂਸਰੇ ਨਾਲ ਕਾਮਯਾਬੀ ਨਾਲ ਚੱਲਣਾ ਹੈ। ਜ਼ਹਿਰੀ ਗੱਲ ਹੈ ਜਦੋਂ ਹੁਣ ਮਿਸਾਲ ਹੈ ਇੱਕ ਮੋਟਰਸਾਈਕਲ ਤੇ 2 ਸਵਾਰੀਆਂ ਬੈਠੀਆਂ ਨੇ, ਇੱਕ ਮੋਟਰਸਾਈਕਲ ਤੇ 3 ਸਵਾਰੀਆਂ ਬੈਠੀਆਂ ਨੇ, ਜਦੋਂ 3 ਬਹਿਣਗੀਆਂ ਸਫ਼ਰ ਤੇ ਉਹਨਾਂ ਨੇ ਕਰਨਾ ਲੇਕਿਨ 2 ਨਾਲੋਂ ਮੁਸ਼ਕਲ ਕਰਨਾ, ਉਹ ਥੋੜ੍ਹਾ ਜਿਹਾ ਬੰਦੇ ਨੂੰ ਮਸਲੇ ਮਿਸਾਇਲ ਆਉਂਦੇ ਨੇ ਲੇਕਿਨ ਬੰਦੇ ਨੂੰ ਕੰਪਰੋਮਾਈਜ਼ ਕਰਕੇ ਇੱਕ ਦੂਸਰੇ ਨਾਲ ਮਤਲਬ ਸਮਝ ਕੇ ਬੰਦੇ ਨੂੰ ਚੱਲਣਾ ਪੈਂਦਾ ਹੈ, ਕੋਈ ਚੀਜ਼ਾਂ ਨੂੰ ਮਤਲਬ ਪਿੱਛੇ ਰੱਖ ਕੇ ਕੋਈ ਅੱਗੇ ਰੱਖ ਕੇ, ਉਹ ਇਹ ਰੋਲਾ ਹੈ। ਤੇ ਲੇਕਿਨ ਜਿਹੜੇ ਗੱਲਾਂ ਕਰਨ ਵਾਲੇ ਨਾ ਜਿਹੜੇ ਸਾਡੇ ਭੈਣ ਭਾਈ ਹਨ ਨਾ ਮਾਸ਼ਾਅੱਲਾ ਬਹਿ ਕੇ ਘਰ ਵੇਖਦੇ ਨੇ, ਉਹ ਫਿਰ ਹਰ ਤਰ੍ਹਾਂ ਦੇ ਬੰਦੇ ਨੇ,
ਹਰ ਤਰ੍ਹਾਂ ਦੇ ਅੱਛੇ ਵੀ ਹਨ ਬੁਰੇ ਵੀ ਹਨ, ਕੋਈ ਅੱਛੀ ਨਜ਼ਰ ਨਾਲ ਵੇਖ ਰਿਹਾ ਹੁੰਦਾ, ਕੋਈ ਬੁਰੀ ਨਜ਼ਰ ਨਾਲ ਵੇਖ ਰਿਹਾ ਹੁੰਦਾ। ਜਿਵੇਂ ਮਰਜ਼ੀ ਵੇਖੀ ਜਾਵੇ ਸਾਡੇ ਸਾਰੇ ਬਹਿਣਾ ਬਾਈ ਨੇ, ਚਾਹੇ ਕੁਛ ਨਾ ਵੇਖੇ ਚਾਹੇ ਬੁਰੀ ਨੇ ਵੇਖੇ, ਇਹਨੂੰ ਸਾਰਾ ਸਾਡੇ ਬਹਿਣਾ ਬਾਈ ਨੇ ਤੇ ਇਹ ਵੀ ਦੇਖਦੇ ਰਹਿਣ ਵੀ ਅਸੀਂ ਇੱਕ ਦੂਸਰੇ ਨਾਲ ਕਿਸ ਤਰ੍ਹਾਂ ਚੱਲਦੇ ਪਏ। ਹਾਂਜੀ ਹੁਣ ਮੈਨੂੰ ਜਵਾ ਜ਼ਿਆਦਾ ਤੁਸੀਂ ਵੀਡੀਓ ਬਣਾ। ਹਾਂ ਨਹੀਂ ਤੁਸੀਂ ਆਪਣੀ ਦੁਕਾਨਦਾਰੀ ਕਰੋ। ਚਾਹ ਪੀਣੀ ਤੇ ਦੱਸ ਦੋ। ਨਹੀਂ ਚਾਹ ਅਸੀਂ ਬਣਾ ਲੈਣਾ, ਚਾਹ ਨਹੀਂ ਬਣਾਣੀ। ਤੁਸੀਂ ਹੁਣੇ ਪਰਾਠੇ ਤੁਹਾਡੇ ਜਿਹੜੇ ਨੇ 1.25 ਲੱਖ ਨੇ ਤੇ ਅਸੀਂ ਜਿਹੜਾ ਨਾ ਚਾਹ ਬਣਾ ਲੈਣੇ, 2 ਕੱਪ ਚਾਹ ਬਣਾ ਖਾ ਲੈਣੇ। ਕੱਲ ਤਕਸੀਮ ਕੀਤੇ ਤੇ ਇਹ ਕਹਿੰਦੇ ਜੀ ਸਾਨੂੰ ਯਾਦ ਨਹੀਂ ਰਹੇ ਤੇ ਅੱਜ ਮੈਂ ਦੇ ਕੇ ਜਾਵਾਂਗੀ ਬੈਲੈਂਸ ਤੈਨੂੰ। ਹਾਂ ਬਸ ਇੰਨੀ ਹੁਣ ਚਲੋ ਜੀ, ਅੱਲਾ ਤਾਲਾ ਤੁਹਾਡੇ ਕਾਰੋਬਾਰ ਚ ਬਰਕਤ ਦੇਵੇ। ਅੱਛਾ ਰਾਇਤਾ ਚਲੋ ਦੇ ਜਾ, ਫਿਰ ਅਸੀਂ ਚਾਹ ਨਹੀਂ ਬਣਾਉਂਦੇ ਕਿਉਂਕਿ ਚਾਹ ਦੇ ਅਸੀਂ ਐਡੇ ਆਦੀ ਨਹੀਂ ਹੈ ਜੀ, ਚਾਹ ਅਸੀਂ ਐਡੀ ਸ਼ੌਕ ਨਾਲ ਪੀਂਦੇ ਵੀ ਨਹੀਂ ਹੈ, ਤੇ ਜੇ ਅਗਰ ਰਾਇਤਾ ਆ ਜਾਂਦਾ ਤੇ ਫਿਰ ਰਾਇਤੇ ਨਾਲ ਜਿਹੜਾ ਨਾ ਇੱਕ ਇੱਕ ਪਰਾਠਾ ਖਾਂਦੇ ਹਾਂ ਤੇ ਇੰਜੋਏ ਕਰਨੇ ਆ, ਤੁਸੀਂ ਵੀ ਇੰਜੋਏ ਕਰੋ। ਉਡੀਕਦਾ ਪਿਆ ਜੀ, ਬਲੰਬਰ ਆਉਂਦਾ ਨਾ ਤੇ ਮੈਂ ਆਉਣਾ ਵੀ ਉਹ ਆਵੇ ਤੇ ਮੈਂ ਬੱਚਿਆਂ ਦੇ ਸਕੂਲ ਦੇ ਟਾਈਮ ਤੋਂ ਪਹਿਲਾਂ ਪਹਿਲਾਂ ਇਹ ਵਾਲਾ ਜਿਹੜਾ ਨਾ ਕੰਮ ਮੇਰਾ ਹੋ ਜਾਵੇ ਤੇ ਮੈਂ ਉਹ ਪਿੱਲਰ ਜਿਹਾ ਵੀ ਬਣਾ ਦੇਵਾਂ, ਸੀਮਿੰਟ ਮੈਂ ਲੈ ਆਇਆ ਵਾਂ। ਕੱਲ੍ਹ ਤੋਂ ਫਿਰ ਇੱਥੇ ਕੱਪੜੇ ਛੱਪੜੇ ਧੋਣਾ ਜਾਂ ਬਾਕੀ ਸਾਰੇ ਕੰਮ ਜਿਹੜੇ ਨਾ ਉਹ ਫਿਰ ਕਰਨੇ ਸਟਾਰਟ ਹੋ ਜਾਣ। ਇੱਧਰ ਦੀ ਵਜ੍ਹਾ ਤੋਂ ਨਾ ਅਸੀਂ ਫਿਰ ਇੱਥੇ ਬਾਹਰ ਉੱਤੇ ਛੱਤ ਦੇ ਆ ਕੇ ਕੁਛ ਵੀ ਨਹੀਂ ਸੀ ਕਰਦੇ ਕਿਉਂਕਿ ਇਹ ਪਾਣੀ ਸਾਰਾ ਇੱਥੇ ਖਿਲਰ ਜਾਂਦਾ ਨਾ, ਸਾਰਾ ਲੈਂਟਰ ਦੇ ਥੱਲੇ ਵਾਲਾ ਗੰਦ ਹੀ ਵੱਜਿਆ ਪਿਆ। ਥੱਲੋਂ ਛੱਤ ਨੂੰ ਵੇਖਿਆ ਹੋਇਆ ਇੰਝ ਲੱਗਦਾ ਕਿ ਜਿਵੇਂ ਨਾ ਵੀ ਐਡੇ ਦਾਗ ਧੱਬੇ ਨਜ਼ਰ ਆਉਂਦੇ ਨੇ ਨਾ, ਯਕੀਨ ਕਰੋ ਐਡੀ ਛੱਤ ਬੁਰੀ ਲੱਗਦੀ ਹੈ ਨਾ। ਮੈਂ ਨਾ ਵੀ ਉੱਤੂ ਪਾਣੀ ਇਹਦਾ ਕਵਰ ਕਰੀਏ ਔਰ ਇਹਨੂੰ ਵੀ ਉੱਤੂ ਜਿਹੜਾ ਨਾ ਲੈਂਟਰ ਨੂੰ ਵੀ ਕਵਰ ਕਰੀਏ, ਕਿਸੇ ਟਾਈਮ ਇਹਦੇ ਉੱਤੇ ਟੈਲਾਂ ਸ਼ੈਲਾਂ ਲਵਾ ਕੇ ਨਾ ਜਾਂ ਮਿੱਟੀ ਸ਼ਿੱਟੀ ਪਾ ਕੇ ਟੈਲ ਲਵਾ ਕੇ ਨਾ ਇਹਨੂੰ ਇੱਕ ਵਾਰੀ ਪੱਕਾ ਕਰ ਦਿੰਦੇ ਹਾਂ। ਹਾਂਜੀ ਅਲਹਮਦੁਲਿਲਾ ਬਾਈ ਸਾਹਿਬ ਆ ਗਏ ਹੋਏ ਨੇ ਔਰ ਇੱਥੋਂ ਹੁਣ ਜਿਹੜਾ ਨਾ ਜੀ ਕੁਨੈਕਸ਼ਨ ਕਰਵਾਉਂਦੇ ਹਾਂ ਔਰ ਬੇਗਮ ਦਾ ਜਿਹੜਾ ਇਹ ਵਾਲਾ ਜਿਹੜਾ ਨਾ ਫਰਮਾਇਸ਼ ਪੂਰੀ ਕਰਨੇ ਹੈ। ਕੁਨੈਕਸ਼ਨ ਜਿਹੜਾ ਨਾ ਜੀ ਉਹ ਅਲਹਮਦੁਲਿਲਾ ਹੋ ਗਏ ਨੇ, ਆਖਰੀ ਕੁਨੈਕਸ਼ਨ ਰਹਿ ਗਿਆ। ਮੈਂ ਕਿਹਾ ਬਾਲਟੀ ਲੈ ਕੇ ਚੱਲਦੇ ਹਾਂ ਤਾਂ ਕਿ ਬਾਲਟੀ ਦਾ ਜਿਹੜਾ ਨਾ ਫਰਮਾਇਸ਼ ਕਰ ਲਈਏ। ਇੰਨੀ ਕੁ ਜਿਹੜੀ ਹੈ ਨਾ ਜੀ ਉੱਚੀ ਟੂਟੀ ਹੋਣੀ ਚਾਹੀਦੀ ਹੈ ਕਿ ਥੱਲੇ ਬਾਲਟੀ ਜਿਹੜੀ ਹੈ ਨਾ ਉਹ ਆਰਾਮ ਨਾਲ ਰੱਖੀ ਜਾਵੇ, ਇਹ ਨਾ ਹੋਵੇ ਕਿ ਥੱਲੇ ਬਾਲਟੀ ਨਾ ਫੜੇ ਤੇ ਫਿਰ ਉਹ ਮਸਲਾ ਬਣ ਜਾਂਦਾ, ਕਿਉਂਕਿ ਇੱਥੇ ਜ਼ਿਆਦਾ ਜ਼ਰੂਰਤ ਤੇ ਕੱਪੜੇ ਧੋਣ ਦੀ ਪੈਣੀ ਆ ਤੇ ਫਿਰ ਬਾਲਟੀ ਦਾ ਇਸਤੇਮਾਲ ਤੇ ਹੋਣਾ ਵਾ, ਕਿਉਂ ਬਈ ਜਾਨ ਜੀ ਬਿਲਕੁਲ ਸਹੀ ਆਖਿਆ ਨਾ। ਹਾਂ ਉਸ ਹਿਸਾਬ ਦਾ ਬਸ ਉੱਚਾ ਰੱਖਣਾ, ਜ਼ਿਆਦਾ ਉੱਚਾ ਵੀ ਨਾ ਹੋਵੇ ਫਿਰ ਉਹ ਬਰਤਨ ਵਗੈਰਾ ਧੋਣ ਲੱਗੇ ਨਾ ਜ਼ਿਆਦਾ ਛਿੱਟੇ ਆ ਜਾਂਦੇ। ਹਾਂਜੀ ਹਾਂਜੀ ਸਾਡਾ ਖੁਰਾ ਜਿਹੜਾ ਨਾ ਜੀ ਅੱਜ ਕਾਮਯਾਬ ਹੋ ਗਿਆ, ਕੁਨੈਕਸ਼ਨ ਜਿਹੜਾ ਨਾ ਜੀ ਲੱਗ ਚੁੱਕਿਆ ਹੋਇਆ। ਹੁਣ ਉਹ ਬਾਈ ਹੋਰੀ ਉਧਰੋਂ ਵਾਲ ਪੱਟਦੇ ਪਏ ਨੇ, ਉਧਰੋਂ ਵਾਲ ਪੱਟ ਕੇ ਉਧਰੋਂ ਬੰਦ ਕਰ ਦੇਣਾ ਵਾ ਔਰ ਉਧਰ ਵਾਲਾ ਵਾਲ ਜਿਹੜਾ ਨਾ ਉਹ ਇੱਥੇ ਲਾ ਦੇਣਾ, ਟੈਂਕੀ ਦਾ ਕੁਨੈਕਸ਼ਨ ਕਰਕੇ ਮੋਟਰ ਚਲਾ ਦੇਣੀ ਹੈ। ਕੰਮ ਸਾਡਾ ਜਿਹੜਾ ਨਾ ਅਲਹਮਦੁਲਿਲਾ ਕਾਮਯਾਬੀ ਕੇ ਸਾਥ ਕਾਮਯਾਬ ਹੋ ਗਿਆ। ਇੱਥੇ ਵਾਲ ਦਾ ਨਾ ਬੜਾ ਜ਼ਿਆਦਾ ਖਤਰਾ ਸੀ, ਵੇਖੋ ਨਾ ਪਾਣੀ ਜਿਹੜਾ ਨਾ ਸੁੱਕਦਾ ਹੀ ਨਹੀਂ ਸੀ ਇਸ ਜਗ੍ਹਾ ਤੋਂ, ਬੱਚੇ ਆ ਕੇ ਖੋਲ ਦਿੰਦੇ ਸੀ, ਵੱਡਿਆਂ ਨੇ ਗਲਾਸ ਵੀ ਭਰਨਾ ਹੁੰਦਾ ਸੀ ਨਾ ਤਾਂ ਪਾਣੀ ਥੱਲੇ ਰੁੜ ਜਾਂਦਾ ਸੀ। ਇੱਕ ਤੋਂ ਲੱਗਾ ਬੜਾ ਨੀਵਾਂ ਜਿਹਾ ਹੋਇਆ ਸੀ ਨਾ ਅਤੇ ਉਹਦਾ ਸਹੀ ਕੇਅਰ ਹੁੰਦੀ ਨਹੀਂ ਸੀ। ਮੈਂ ਕਿਹਾ ਇਹਨੂੰ ਤੂੰ ਬੰਦ ਹੀ ਕਰਾ ਦਿਓ ਬਿਹਤਰ। ਯੂਨੀਅਨ ਵੀ ਫਿੱਟ ਹੋ ਗਿਆ ਜੀ, ਟੈਂਕੀ ਦਾ ਕੁਨੈਕਸ਼ਨ ਵੀ ਹੋ ਗਿਆ, ਇਹ ਵਾਲਾ ਕੁਨੈਕਸ਼ਨ ਵੀ ਸਾਡਾ ਹੋ ਗਿਆ, ਉਹ ਵਾਲਾ ਸਾਡਾ ਕੁਨੈਕਸ਼ਨ ਬੰਦ ਹੋ ਗਿਆ। ਹੁਣ ਪੰਪ ਚਲਾ ਕੇ ਨਾ ਚੈੱਕ ਕਰਨੇ ਆ, ਕੋਈ ਜਿਹੜੇ ਜੋੜ ਛੋੜ ਲਾਏ ਨੇ ਉਹ ਲੀਕ ਨਾ ਹੋਵੇ ਔਰ ਉਸ ਤੋਂ ਇਲਾਵਾ ਪਾਣੀ ਜਿਹੜਾ ਨਾ ਉਹ ਠੀਕ ਆ ਰਿਹਾ ਹੋਵੇ। ਚੈੱਕ ਕਰੋ ਕਿ ਪਾਣੀ ਆਉਣ ਲੱਗ ਪਿਆ ਜੀ। ਹਾਂਜੀ ਡਬਲ ਫਾਇਦਾ, ਪਿੱਛੇ ਹੋ ਜਾ, ਅੱਗੋਂ ਨਿਕਲ। ਨਹੀਂ ਹੁਣ ਤਾਂ ਪਾਣੀ ਵੈਸੇ ਹੀ ਆ ਜਾਣਾ ਚਾਹੀਦਾ, ਆਇਆ ਹੀ ਕੋਈ ਨਹੀਂ।
ਖੈਰ ਹੈ। ਆ ਜਾਂਦਾ ਬਾਜੀ ਪਰੇਸ਼ਾਨ ਪਾਣੀ ਵਾਲ ਤੇ ਸਹੀ ਖੁੱਲਿਆ ਨਾ ਪੰਪ ਤੇ ਚੱਲੇ ਤੇ ਆਉਣਾ ਚਾਹੀਦਾ ਨਾ ਪਾਣੀ। ਵੈਸੇ ਤੇ ਚਲੋ ਪੰਪ ਬੰਦ ਹੋਵੇ ਤੇ ਫਿਰ ਤੇ ਇਹਦੀ ਹਾਈਟ ਜਦੋਂ ਟੈਂਕੀ ਦਾ ਪਾਣੀ ਹੋਏਗਾ ਤੇ ਉਨੀ ਦੇਰ ਆਏਗਾ। ਥੋੜਾ ਬਹੁਤ ਤਾਂ ਨਿਕਲਣਾ ਚਾਹੀਦਾ ਸੀ। ਚਲੋ ਵੇਖ ਲੈਂਦੇ ਹਾਂ ਜੀ, ਵੇਖਦੇ ਹਾਂ ਜੀ ਟੈਂਕੀ ਇਹਦੇ ਲੈਵਲ ਤੇ ਆ ਲਵੇ ਨਾ, ਇਹਦੇ ਲੈਵਲ ਤੇ ਜਦੋਂ ਇੱਥੇ ਟੈਂਕੀ ਦਾ ਪਾਣੀ ਆਏਗਾ ਨਾ, ਉਸ ਤੋਂ ਬਾਅਦ ਵੇਖਦੇ ਹਾਂ ਕਿ ਪਾਣੀ ਜਿਹੜਾ ਨਾ ਅੱਗੇ ਕਿਉਂ ਨਹੀਂ ਆ ਰਿਹਾ। ਬਾਈ ਜਿਹੜੀ ਮੇਰੇ ਖਿਆਲ ਯੂਨੀਅਨ ਕੋਲ ਕੇ ਨਾ ਤੇ ਡਾਇਰੈਕਟ ਚੈੱਕ ਕਰਨ ਲੱਗੇ ਨੇ। ਹਾਂ ਹੁਣ ਆਇਆ, ਹਾਂ ਆ ਗਿਆ। ਉਹ ਇੱਧਰੋਂ ਅੱਗੂ 25 ਲੱਗਿਆ ਨਾ ਮੁੜ, ਤਾਂ ਇਸ ਤਰ੍ਹਾਂ ਮੰਨ ਲਓ ਜਦੋਂ ਟੈਂਕੀ 'ਚ ਪਾਣੀ ਹੋਏਗਾ ਨਾ ਫਿਰ ਪ੍ਰੈਸ਼ਰ ਨਾਲ ਆਉਂਦਾ ਰਹੇ ਪਾਣੀ ਜਿਹੜਾ ਨਾ ਉਹ ਵਾਲ 'ਚੋਂ ਨਿਕਲ ਆਇਆ, ਲੇਕਿਨ ਟੈਂਕੀ ਦਾ ਜਦੋਂ ਪਾਣੀ ਥੋੜ੍ਹਾ ਜਿਹਾ ਜ਼ਿਆਦਾ ਹੋਏਗਾ ਨਾ ਤਾਂ ਉਸ ਟਾਈਮ ਵੀ ਇੱਧਰ ਪ੍ਰੈਸ਼ਰ ਬਣੇਗਾ, ਵਰਨਾ ਇੱਧਰ ਪ੍ਰੈਸ਼ਰ ਜਿਹੜਾ ਨਾ ਉਹ ਨਹੀਂ ਬਣੇਗਾ। ਬਾਕੀ ਚੱਲਦਾ ਰਹੇਗਾ ਅਗਰ ਮਹਿਸੂਸ ਪਿਆ ਨਾ। ਆਪਣਾ ਉਸਤਾਦ ਜੀ ਕੀ ਨਾਂ ਹੈ? ਇਮਰਾਨ ਜਵੇਦ। ਅਗਰ 40 ਦੀ ਬੰਦਾ ਲੈ ਆਵੇ ਇੱਕ ਟੋਟਾ 2-3-4 ਫੁੱਟ ਦਾ, ਇੱਥੋਂ ਐਲਬੋ ਲਾ ਕੇ ਇੱਕ, ਇੱਥੋਂ ਐਲਬੋ ਲਾ ਕੇ ਇੱਕ, ਯੂਨੀਅਨ ਲਾ ਕੇ ਤੇ ਟੈਂਕੀ ਬੰਦਾ ਇੱਧਰ ਉੱਚੀ ਕਰ ਦੇਵੇ, ਹੋ ਜਾਏਗੀ ਨਾ? ਇਹ ਵੇਖੋ ਨਾ ਅੱਗੇ ਹੈ ਨਾ ਜਗ੍ਹਾ, ਇੱਥੇ ਲੱਗੇਗੀ ਨਾ ਇੱਕ ਐਲਬੋ 40 ਦੀ, ਇੱਕ ਉੱਤੇ ਐਲਬੋ 40 ਦੀ, ਅੱਗੋਂ ਇਸੇ ਤਰ੍ਹਾਂ ਟੈਂਕੀ ਉੱਚੀ ਕਰਕੇ ਤੇ ਯੂਨੀਅਨ ਲਾ ਦਿਆਂਗੇ ਜਿੰਨੀ ਚੁੱਕਣੀ ਹੋਏ। ਟੈਂਕੀ ਉੱਚੀ ਅਗਰ 2-4 ਫੁੱਟ ਚੁੱਕਣੀ ਹੋਵੇ ਟੈਂਕੀ, ਤੇ ਉਹ ਇੱਥੋਂ 2 ਐਲਬੋ ਲੱਗਣਗੀਆਂ, ਇੱਕ 40 ਦਾ ਟੋਟਾ ਜਿੰਨਾ ਜਿੰਨੇ ਫੁੱਟ ਮਰਜ਼ੀ ਲੈਣਾ ਹੋਵੇ। ਹਾਂ ਉਹ ਇਹਨਾਂ ਚਲ ਆ ਜਾ। ਹਾਂਜੀ ਬਿਲਾਲ, ਤੇ ਮੈਂ ਜਾਂਦੇ ਪਏ ਕਿਉਂਕਿ ਚੜ ਕੇ ਚੱਲਣ ਚੁੱਲਣ ਜਿਹੜਾ ਉਹ ਕਰਨਾ ਹੁੰਦਾ ਹੈ।
ਤੇ ਹਾਂਡੀ ਰੋਟੀ ਦੀ ਤਿਆਰੀ ਕਰਨੀ ਹੁਣ ਮੀਂਹ ਸਾਡੇ ਨਾਲ ਥੋੜ੍ਹੇ ਜਿਹੇ ਘਰ ਕੰਮ ਨੇ ਉਹ ਕਰਦੇ ਪਏ ਨੇ ਕਰਕੇ ਤੇ ਫਿਰ ਜਿਹੜਾ ਨਾ ਪਿੱਛੇ ਆਇਆ ਸਾਂ ਤੇ ਅਸੀਂ ਚੱਲ ਕੇ ਜਾਣਾ ਹਾਂਡੀ ਰੋਟੀ ਦੀ ਤਿਆਰੀ ਕਰਨੀ ਆ। ਅਲਹਮਦੁਲਿਲਾ ਜੀ ਬਾਹਰ ਆ ਚੁੱਕਿਆ ਹਾਂ ਮੈਂ ਵੀ, ਲੇਕਿਨ ਨਾ ਅੱਜ ਫਿਰ ਟਾਈਮ ਜਿਹੜਾ ਨਾ ਉਹ ਬਹੁਤ ਜ਼ਿਆਦਾ ਸ਼ਾਰਟ ਹੋ ਗਿਆ। ਉਹ ਸੂਰਜ ਵੇਖੋ ਨਾ ਗਰੂਪ ਹੋ ਰਿਹਾ, ਔਰ ਗਰੂਪ ਹੋਣ ਦੇ ਮਨਾਜ਼ਰ ਮਾਸ਼ਾਅੱਲਾ ਚੈੱਕ ਕਰੋ ਕਿੱਡੇ ਖੂਬਸੂਰਤ ਹੈ, ਲਾਲ ਸੁਰਖ ਹੋ ਕੇ ਗਰੂਪ ਹੋ ਲੱਗਾ। ਬਿਲਾਲ ਨੂੰ ਮੈਂ ਲਾਇਆ ਜੀ, ਮੈਂ ਕਿਹਾ ਆਉਂਦੇ ਸਾਰ ਨਾ ਤੂੰ ਇਹ ਵਾਲਾ ਜਿਹੜਾ ਕੰਮ ਹੈ ਨਾ ਇਹ ਕਰ, ਇੱਟਾਂ ਨੂੰ ਜਿਹੜਾ ਨਾ ਸਫੈਦੀ ਕਰਨੀ ਆ, ਇਹਨਾਂ ਸਾਰੀਆਂ ਇੱਟਾਂ ਦੇ ਜਿਹੜੇ ਮੱਥੇ ਮੱਥੇ ਹੈਗੇ ਨਾ ਉਹਨਾਂ ਨੂੰ ਅਸੀਂ ਜਿਹੜਾ ਨਾ ਸਫੈਦੀ ਮਾਰਨੀ ਆ। ਬਾਕੀ ਨੂੰ ਕੱਲ੍ਹ ਕਲਰ ਮਾਰਿਆ ਸੀ ਉਹ ਲਾਲ ਹੋ ਗਈਆਂ ਨੇ, ਹੁਣ ਵਿੱਚ ਵਾਈਟ ਜਿਹੜਾ ਨਾ ਉਹਨਾਂ ਦੇ ਮੱਥੇ ਹੋ ਜਾਣਗੇ ਨਾ ਤਾਂ ਖੂਬਸੂਰਤ ਹੋ ਜਾਣਗੇ। ਔਰ ਇੱਧਰ ਅਲਹਮਦੁਲਿਲਾ ਜੀ ਸਾਡੀ ਹਾਂਡੀ ਜਿਹੜੀ ਹੈ ਨਾ ਜੀ ਉਹ ਚੁੱਲ੍ਹੇ 'ਤੇ ਰੱਖੀ ਜਾ ਚੁੱਕੀ। ਅੱਜ ਕੀ ਪਕਾ ਰਹੇ ਹੋ ਜੀ? ਦਾਲ ਕਿਹੜੀ? ਅੱਛਾ ਬਿਜੀ ਰਹੇ ਨੇ ਤਾਂ ਬਾਵਾ ਅੱਛੀ ਹੋ ਜਾਂਦੀ ਹੈ ਜੀ। ਸੁੱਕੀ ਸੁੱਕੀ ਪਾਵੇ ਫਿਰ ਡੇਰ ਜ਼ਿਆਦਾ ਲੈਂਦੀ।
ਅੱਜ ਆਪ ਮੈਨੂੰ ਬਤਾਓ ਆਪ ਅੱਛੇ ਹੋ ਕਿ ਬਹੁਤ ਅੱਛੇ ਹੋ ਬਹੁਤ ਅੱਛੀ ਹੋ ਔਰ ਹੈਦਰ ਅੱਛਾ ਹੈ ਕਿ ਬਹੁਤ ਅੱਛਾ ਹੈ ਹੈਦਰ ਅੱਛਾ ਹੈ ਕਿ ਬਹੁਤ ਅੱਛਾ ਹੈ ਕੌਣ ਅੱਛਾ ਯੇ ਡੈਕੋਰੇਸ਼ਨ ਪੀਸ ਹੈ ਹਾਂ ਯਹੀ ਜੋ ਆਪਨੇ ਅਭੀ ਦੇਖਾ ਹੈ ਯੇ ਵਾਲਾ ਯੇ ਅੱਛਾ ਹੈ ਨਾ ਅੱਛਾ ਇਸਕੇ ਇਲਾਵਾ ਆਪ ਬਤਾਓ ਹੈਦਰ ਅੱਛਾ ਹੈ ਕਿ ਬਹੁਤ ਅੱਛਾ ਹੈ ਤੇ ਬਿਲਾਲ ਅੱਛਾ ਹੈ ਕਿ ਬਹੁਤ ਅੱਛਾ ਹੈ ਪਹਿਲਾਂ ਅੱਛੀ ਹੈ ਕਿ ਬਹੁਤ ਅੱਛੀ ਹੈ ਔਰ ਮੰਮਾ ਪਾਪਾ ਪਾਪਾ ਵੀ ਬਹੁਤ ਅੱਛੇ ਹੈ ਨਹੀਂ ਪਾਪਾ ਨਹੀਂ ਤੂੰ ਚੈੱਕ ਕਰੋ ਮਾਸ਼ਾਅੱਲਾ ਸ਼ਾਮ ਦਾ ਮੰਜ਼ਰ ਕਿੰਨਾ ਖੂਬਸੂਰਤ ਜਿਹੜਾ ਨਾ ਜੀ ਨਜ਼ਰ ਆ ਰਿਹਾ ਕੈਸੀ ਉਹ ਮਾਸ਼ਾਅੱਲਾ ਚੰਨ ਵੀ ਜਿਹੜਾ ਨਾ ਨਜ਼ਰ ਆਉਂਦਾ ਪਿਆ ਜੀ ਬੇਟਾ ਉਹ ਜਹਾਜ਼ ਚਲਾ ਗਿਆ ਉਹ ਚਲਾ ਗਿਆ ਸੋਨਾ ਹਾਂਜੀ ਜਹਾਜ਼ ਕੇ ਸਾਥ ਖੇਲਣਾ ਹੋਤਾ ਹੈ ਉਸਕੇ ਪਿੱਛੇ ਕਿਆ ਉਹਦੇ ਵਿੱਚ ਖਲੋਣੇ ਹੋਤੇ ਹੈ ਜਹਾਜ਼ ਕੇ ਅੰਦਰ ਵੋ ਜੋ ਜਹਾਜ਼ ਅਭੀ ਯਹਾਂ ਸੇ ਗੁਜ਼ਰਾ ਉਸਕੇ ਪਾਸ ਖਲੋਣੇ ਥੇ ਨਹੀਂ ਥੇ ਉਸਕੇ ਪਾਸ ਖਲੋਣੇ ਵੋ ਖਲੋਣੋ ਵਾਲਾ ਨਹੀਂ ਥਾ ਵੋ ਸਵਾਰੀਓ ਵਾਲਾ ਥਾ ਉਸਮੇ ਨਾ ਲੋਕ ਬੈਠੇ ਹੋਏ ਥੇ ਵੋ ਲਾਹੌਰ ਜਾ ਰਹੇ ਥੇ ਤੋ ਵੋ ਅਭੀ ਲਾਹੌਰ ਮੇ ਉਤਰ ਵੀ ਗਏ ਹੋਂਗੇ ਹਾਂ ਆਪਨੇ ਚੱਪਲ ਪਹਿਨੀ ਹੋਈ ਹੈ ਵਾਓ ਗੁੱਡ ਬਿਲਾਲ ਇੱਧਰ ਲੱਗਾ ਹੋਇਆ ਜੀ ਆਪਣੇ ਜਿਹੜਾ ਨਾ ਬੜੀ ਖੂਬਸੂਰਤ ਬਣਾ ਰਿਹਾ ਬਾਬੇ ਵਾਹ ਕਿਆ ਬਾਤ ਹੈ ਸਾਰੀ ਕਿਨਾਰੀ ਵੇਖੋ ਨਾ ਜੀ ਲੌਨ ਦੇ ਆਸੇ ਪਾਸੇ ਵਾਈਟ ਵਾਈਟ ਹੋ ਗਈ ਖੂਬਸੂਰਤ ਲੱਗਦੀ ਪਈ ਹੈ ਵੈਸੇ ਸਵੇਰੇ ਸਵੇਰੇ ਜਿਹੜਾ ਨਾ ਸੁਬਹਾ ਸੁਬਹਾ ਅੱਛੀ ਲੱਗੇਗੀ ਹੁਣ ਤਾਂ ਇੰਨੀ ਖਾਸ ਨਹੀਂ ਅੱਛੀ ਲੱਗਦੀ ਪਈ ਨਾ ਕਿਉਂਕਿ ਹਨੇਰਾ ਹੈ ਨਾ ਇੱਥੇ ਪਰਾਂਜਾ ਫੈਜ਼ਾ ਪਰਾਂਜਾ ਫਾਇਦਾ ਕਿਆ ਕਰ ਰਹੀ ਹੋ ਕੌਣ ਸਾ ਵਾਲਾ ਦੇਖ ਰਹੀ ਹੋ ਬੇਟਾ ਯੇ ਆਪਕੋ ਬਹੁਤ ਪਸੰਦ ਆ ਚੁੱਕਾ ਹੋਇਆ ਨਾ ਤੋ ਯੇ ਟੂਟ ਜਾਏਗਾ ਆਪ ਜਲਦੀ ਮੁਝੇ ਲਗਤਾ ਹੈ ਨਾ ਹਾਂ ਵੋ ਕਹਿ ਰਹੀ ਹਾਂ ਹੈ ਵੋ ਕਹਿ ਰਹੀ ਹਾਂ ਨਹੀਂ ਬੇਟੇ ਤੋੜਨਾ ਨਹੀਂ ਹੈ ਓਕੇ ਆਪ ਅੱਛੇ ਬੱਚੇ ਹੋ ਨਾ ਪਿੱਛੇ ਹਟ ਜਾਓ ਫਿਰ ਗੁੱਡ ਇਸ ਤਰ੍ਹਾਂ ਨਾ ਸਰਦੀਆਂ ਦੇ ਵਿੱਚ ਚੁੱਲ੍ਹੇ ਦੇ ਆਲੇ ਦੁਆਲੇ ਬਹਿਣਾ ਯਕੀਨ ਕਰੋ ਬੜਾ ਹੀ ਖੂਬਸੂਰਤ ਲੱਗਦਾ ਔਰ ਅੱਜ ਤੋਂ ਤਕਰੀਬਨ 15-20 ਸਾਲ ਪਹਿਲੇ ਨਾ ਪੰਜਾਬ ਦੇ ਹਰ ਘਰ ਵਿੱਚ ਹੀ ਇਸੇ ਤਰ੍ਹਾਂ ਹੁੰਦਾ ਸੀ ਹੁਣ ਤੇ ਸ਼ਹਿਰਾਂ ਵਿੱਚ ਤਾਂ ਇੱਕ ਮਾਹੌਲ ਹੀ ਅਲੱਗ ਹੁੰਦਾ ਨਾ ਲੇਕਿਨ ਪਿੰਡਾਂ ਦੇ ਵਿੱਚ ਵੀ ਜਿਹੜੇ ਘਰ ਜਿਹੜੇ ਨਾ ਜੀ ਹੁਣ ਥੋੜ੍ਹੇ ਜਿਹੇ ਅੱਛੇ ਬਣ ਗਏ ਨਾ ਉਹਨਾਂ ਨੇ ਵੀ ਕਿਚਨ ਬਣਾ ਲਏ ਨੇ ਰਸੋਈਆਂ ਬਣਾ ਲਈਆਂ ਨੇ ਮਤਲਬ ਇਸ ਤਰ੍ਹਾਂ ਦੇ ਨਾਂ ਰੱਖ ਕੇ ਨਾ ਤੇ ਉਹ ਵੀ ਇੱਕ ਅਲੱਗ ਜਿਹਾ ਸਿਸਟਮ ਹੋ ਗਿਆ ਹੁਣ ਚੁੱਲ੍ਹੇ ਦੇ ਆਲੇ ਦੁਆਲੇ ਨਾ ਬਹੁਤ ਘੱਟ ਬਹਿੰਦੇ ਨੇ ਵਰਨਾ ਅੱਗੇ ਇਸੇ ਤਰ੍ਹਾਂ ਹੀ ਬਹਿੰਦੇ ਸਨ
ਇੱਕ ਕਮਰਾ ਸਪੈਸ਼ਲ ਹੁੰਦਾ ਸੀ, ਕਮਰੇ ਦੇ ਸੈਂਟਰ 'ਚ ਚੁੱਲ੍ਹਾ ਹੁੰਦਾ ਸੀ ਔਰ ਉਹਦੇ ਆਲੇ ਦੁਆਲੇ ਸਾਰਿਆਂ ਨੇ ਸਰਦੀ 'ਚ ਬਹਿਣਾ, ਰੋਟੀ ਪੱਕਣੀ, ਸਾਲਨ ਪੱਕਣਾ, ਚਾਏ ਪੱਕਣੀ, ਉੱਥੇ ਬਹਿ ਕੇ ਖਾਣੀ, ਉੱਥੇ ਬਹਿ ਕੇ ਜਿਹੜਾ ਨਾ ਚਾਹ ਪੀਣੀ, ਉੱਥੇ ਗੱਪਾਂ ਮਾਰਨੀਆਂ। ਜਦੋਂ ਚੁੱਲ੍ਹੇ ਦੀ ਅੱਗ ਮਰ ਜਾਂਦੀ ਸੀ ਨਾ, ਉਸ ਟਾਈਮ ਉੱਠ ਕੇ ਆਪਾਂ ਆਪਣੇ ਬਿਸਤਰਿਆਂ ਵਿੱਚ ਜਾਂਦੇ ਸੀ ਅਤੇ ਬੜਾ ਹੀ ਮਜ਼ਾ ਆਉਂਦਾ ਸੀ, ਯਕੀਨ ਕਰੋ। ਹੁਣ ਤਾਂ ਉਹ ਗੱਲਾਂ ਹੀ ਨਹੀਂ ਰਹੀਆਂ। ਅੱਜ ਤੋਂ 10-15 ਸਾਲ ਪਹਿਲੇ ਦੀ ਗੱਲ, ਮੈਂ ਆਪਣੇ ਘਰ ਦੀ ਕਰਨਾ ਨਾ, ਤਾਂ ਸਾਡਾ ਵੀ ਇਸੇ ਤਰ੍ਹਾਂ ਦਾ ਹੀ ਮਾਹੌਲ ਆਉਂਦਾ ਸੀ। ਇੰਝ ਦਾ ਸਾਡਾ ਇੱਕ ਛੱਪਰ ਬਣਿਆ ਸੀ, ਜਿਵੇਂ ਦਾ ਹੁਣ ਕਮਰੇ ਦੀ ਛੱਤ ਹੈ ਨਾ, ਇਵੇਂ ਦਾ ਹੀ ਛੱਪਰ ਬਣਾਇਆ ਹੋਇਆ ਸੀ, ਬਿਲਕੁਲ ਇਸੇ ਤਰ੍ਹਾਂ ਦਾ। ਅਤੇ ਉਹਦੇ ਵਿੱਚ ਅਸੀਂ ਅੱਗ ਬਾਲਦੇ ਸੀ ਅਤੇ ਨਾ ਕੋਈ ਸਰਦੀ ਲੱਗਣੀ, ਨਾ ਕੋਈ ਗੱਲ, ਨਾ ਬਾਤ। ਜਿਤਨੀ ਦੇਰ ਅੱਗ ਚੁੱਲ੍ਹੇ ਵਿੱਚ ਹੈ ਨਾ, ਉਸ ਕਮਰੇ ਦੇ ਅੰਦਰ ਕੋਈ ਸਰਦੀ ਨਹੀਂ। ਬਗੈਰ ਚਾਦਰ, ਬਗੈਰ ਜਰਸੀ, ਬਗੈਰ ਕੋਟ ਦੇ, ਬਗੈਰ ਮਤਲਬ ਬਿਸਤਰੇ ਦੇ ਉੱਥੇ ਬਹਿਣਾ, ਰਾਤੀ 8, 9, 10, 11 ਵਜੇ ਤੱਕ ਬਹਿਣਾ ਔਰ ਉਸ ਤੋਂ ਬਾਅਦ ਫਿਰ ਉੱਠ ਕੇ ਆਪਾਂ ਆਪਣੇ ਬਿਸਤਰੇ ਜਾਣਾ। ਅਤੇ ਹੁਣ ਤਾਂ ਉਹ ਮਾਹੌਲ ਹੀ ਨਹੀਂ ਹੈ, ਅਤੇ ਲੇਕਿਨ ਇਨਸ਼ਾਅੱਲਾ ਕਿਚਨ ਆਪਣਾ ਤਿਆਰ ਕਰਦੇ ਪਏ ਨਾ, ਅਤੇ ਇਹਦਾ ਜਿਹੜੇ ਜਿੱਦੇ ਅਸੀਂ ਚੁੱਲ੍ਹੇ ਲਾਏ ਨੇ ਨਾ, ਉਹ ਵਾਲੇ ਚੁੱਲ੍ਹੇ ਜਿਹੜੇ ਨਾ ਉਹ ਗਲਤ ਲੱਗ ਗਏ ਨੇ, ਉਹ ਥੋੜ੍ਹੇ ਜਿਹੇ ਚੇਂਜ ਕਰਨੇ ਨੇ। ਬਸ ਹੀ ਬਾਕੀ ਨੇ ਥੋੜ੍ਹੀ ਬਹੁਤ ਸੈਟਿੰਗ ਜਿਹੜੀ ਹੈ ਨਾ ਰਹਿ ਗਈ, ਇੱਥੇ ਅੰਦਰ ਜਿਹੜਾ ਨਾ ਥੋੜ੍ਹੀਆਂ ਅਲਮਾਰੀਆਂ ਬਣਵਾਉਣੀਆਂ ਨੇ ਉਹ ਬਣਵਾ ਕੇ, ਅਤੇ ਉਸ ਤੋਂ ਬਾਅਦ ਫਿਰ ਚੁੱਲ੍ਹੇ ਦੀ ਜਿਹੜੀ ਹੈ ਨਾ ਉਹ ਬਣਾਵਾਂਗੇ ਕਿ ਚੁੱਲ੍ਹੇ ਦੀ ਜਿਹੜੀ ਹੈ ਨਾ ਕਿੱਥੇ ਕਰਕੇ ਆਪਾਂ ਸੈਟਿੰਗ ਕਰਨੇ ਆ, ਅਤੇ ਫਿਰ ਇਨਸ਼ਾਅੱਲਾ ਜਿਹੜਾ ਨਾ ਕਿਚਨ ਸੋਹਣਾ ਵੀ ਲੱਗੇਗਾ ਔਰ ਬੈਠਾ ਵੀ ਕਰਾਂਗੇ ਇਨਸ਼ਾਅੱਲਾ। ਬੱਚਿਆਂ ਨੂੰ ਜੀ ਕਹਿ ਬੈਠਾ ਵਾਂ ਕਿ ਇੱਟਾਂ ਨੂੰ ਜਿਹੜਾ ਨਾ ਕਲਰ ਕਰ ਦਿਓ, ਉਹ ਚੈੱਕ ਕਰੋ। ਓਏ ਇਹ ਕੀ ਕਰਦੀ ਪਈ? ਐਸੇ ਲੱਗੇ ਹੋਏ ਯੇ ਨਾ ਕਰੋ, ਐਸੇ ਬੜਾ ਲੱਗ ਰਿਹਾ। ਔਰ ਬਿਲਾਲ ਜਿਹੜਾ ਨਾ ਜੀ ਮੀਨਾਕਾਰੀ ਨੂੰ ਲੱਗ ਪਿਆ, ਪਤਾ ਨਹੀਂ ਉਹ ਕਿਹੜਾ ਇੱਟਾਂ ਵਿੱਚ ਚੁੱਕੀ ਕੱਢੂਗਾ। ਬਸ ਕਰ ਯਾਰ ਜਲਦੀ ਜਲਦੀ ਮਾਰ, ਇੱਕ ਪਾਸੋਂ ਰੰਗ ਥੋੜ੍ਹਾ ਜਿਹਾ ਉਹਨਾਂ ਨੂੰ, ਸਪੀਡੋ ਸਪੀਡ। ਬਿਸਮਿਲ੍ਲਾ ਰਹਿਮਾਨ ਰਹੀਮ, ਅਸਲਾਮ ਅਲੈਕੁਮ। ਪਰਵਰਦਿਗਾਰ ਦੀਆਂ ਰਹਿਮਤਾਂ, ਬਰਕਤਾਂ ਔਰ ਨਿਮਤਾਂ ਦੇ ਨਾਲ ਅੱਜ ਦੀ ਵੀਡੀਓ ਦਾ ਆਗਾਜ਼ ਕਰਨੇ ਹਾਂ ਜੀ। ਸਪੈਸ਼ਲੀ ਜਿਹੜੀ ਹੈ ਨਾ ਇੱਕ ਸੈਪਰੇਟ ਵੀਡੀਓ Q&A ਦੀ ਮੈਂ ਬਣਾਉਂਦਾ ਪਿਆ ਵਾਂ, ਔਰ ਅਮਾਨਤ ਫੈਮਿਲੀ ਨੂੰ ਵੀ ਨਾਲ ਬਿਠਾ ਕੇ ਔਰ ਆਪ ਵੀ ਨਾਲ ਬਹਿ ਕੇ ਤੁਹਾਡੇ ਨਾਲ ਸਾਰੀਆਂ ਜਿਹੜੀਆਂ ਨਾ ਡਿਸਕਸ਼ਨ ਕਰਨੇ ਆ, ਤੁਹਾਡੇ ਨਾਲ ਸਾਰੀਆਂ ਗੱਲਾਂ ਬਾਤਾਂ ਜਿਹੜੀਆਂ ਨਾ ਜੋ ਸ਼ੇਅਰ ਕਰਨੇ ਆ, ਔਰ ਤੁਹਾਡੇ ਸਵਾਲਾਂ ਦੇ ਜਵਾਬ ਵੀ ਦੇਣੇ ਆ। ਜਿਹੜੇ ਤੁਹਾਡੇ ਸਵਾਲ ਅਜੀਬੋ ਗਰੀਬ ਜਿਹੇ ਆਏ ਹੋਏ ਨੇ ਨਾ, ਵੀਡੀਓ ਸ਼ੂਟ ਕਰਨ ਲੱਗ ਪਿਆ ਸੀ ਜੀ ਕਮਿੰਡਾ ਵਾਲੀ, ਉਹ ਮੁਕੰਮਲ ਕੀਤੀ ਆ। ਅਤੇ ਇਧਰੂ ਬੇਗਮ ਸਾਹਿਬਾਂ ਨੇ ਰੋਟੀਆਂ ਛੋਟੀਆਂ ਪਕਾ ਲਈਆਂ ਹੋਈਆਂ ਨੇ, ਅਤੇ ਕੁਛ ਨੇ ਖਾ ਲਈਆਂ ਨੇ ਅਤੇ ਕੁਛ ਨੇ ਖਾਣੀਆਂ ਨੇ। ਫਿਲਹਾਲ ਚੱਲਣੇ ਆ ਜੀ ਘਰ, ਬਾਕੀ ਜਿਹੜਾ ਨਾ ਉੱਥੇ ਜਾ ਖਾਵਾਂਗੇ। ਮੈਨੂੰ ਸਰਦੀ ਬਹੁਤ ਜ਼ਿਆਦਾ ਲੱਗਦੀ ਪਈ ਹੈ। ਅਮਾਨਤ ਵਾਲੀ ਚਾਦਰ ਜਿਹੜੀ ਹੈ ਨਾ ਮੈਂ ਉੱਤੇ ਕੀਤੀ ਹੋਈ, ਕਿਉਂਕਿ ਮੈਂ ਆਪਣੀ ਚਾਦਰ ਕਰਕੇ ਕੋਈ ਆਇਆ ਸੀ, ਉਸ ਟਾਈਮ ਧੁੱਪ ਸੀ ਜਦੋਂ ਮੈਂ ਆਇਆ। ਅੱਜ ਸਾਡਾ ਇਰਾਦਾ ਹੀ ਕੋਈ ਨਹੀਂ ਸੀ ਇੱਥੇ ਖਾਣ ਪਕਾਉਣ ਦਾ ਨਾ, ਅਤੇ ਮੇਰਾ ਇਰਾਦਾ ਸਿਰਫ ਇਹ ਸੀ ਕਿ ਜਾ ਕੇ ਵੀਡੀਓ ਜਿਹੜੀ ਹੈ ਨਾ ਉਹ ਸ਼ੂਟ ਕਰਕੇ ਅਤੇ ਵਾਪਸ ਆ ਜਾਂਦੇ ਹਾਂ, ਅਤੇ ਸੁਬਹਾ ਫਿਰ ਜਿਹੜਾ ਨਾ ਪ੍ਰੋਪਰ ਜਾ ਕੇ ਕੋਈ ਆਪਣਾ ਕਰਾਂਗੇ। ਅਤੇ ਲੇਕਿਨ ਫਿਰ ਉਹ ਇੱਥੇ ਬੇਗਮ ਨੇ ਕਿਹਾ ਵੀ ਆਪਾਂ ਹੁਣ ਇੱਥੇ ਹੈਗੇ ਹਾਂ ਅਤੇ ਚਲੋ ਪਕਾ ਖਾ ਲੈਂਦੇ ਹਾਂ ਇੱਥੇ ਹੀ, ਹੁਣ ਉੱਥੇ ਜਾ ਕੇ ਕਰਾਂਗੇ ਵੀਡੀਓ। ਮੁਕਾਉਂਦਿਆਂ ਨੂੰ ਬਣਾਉਂਦਿਆਂ ਨੂੰ ਕਿੰਨੀ ਦੇਰ ਲੱਗਦੀ ਕਿੰਨੀ ਨਹੀਂ ਲੱਗਦੀ ਅੱਲਾ ਬਿਹਤਰ ਜਾਣਦਾ। ਅਤੇ ਫਿਰ ਇਹ ਨਾ ਹੋਵੇ ਕਿ ਰੋਟੀ ਜਿਹੜੀ ਹੈ ਨਾ ਇੰਨੀ ਲੇਟ ਹੋ ਜਾਵੇ, ਅਤੇ ਫਿਰ ਮੈਂ ਕਿਹਾ ਚਲੋ ਜੀ ਤੁਸੀਂ ਆਪਣਾ ਕਰ ਲਓ। ਉਹ ਆਪਣਾ ਜਿਹੜਾ ਨਾ ਜੀ ਆਡੀ ਵਾਲੀ ਕਰਨ ਲੱਗ ਪਏ ਸਨ, ਮੈਂ ਆਇਆ ਅਤੇ ਮੈਂ ਆਪਣੇ ਆ ਕੇ ਨਾ ਵਲੋਗ ਸ਼ੁਰੂ ਕਰ ਲਿਆ। ਵਲੋਗ ਜਿਹੜਾ ਨਾ ਜੀ ਤੁਸੀਂ ਵੇਖ ਚੁੱਕੇ ਹੋ, ਅਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਵਾ ਕਿ ਉਹਨਾਂ ਦਾ ਦਿਮਾਗ ਸਿੱਧਾ ਹੋਇਆ ਕਿ ਨਹੀਂ ਹੋਇਆ। ਜੇ ਅਗਰ ਨਹੀਂ ਹੋਇਆ ਤਾਂ ਮੇਰੇ ਭਾਈ ਜੀ ਕਮੈਂਟ ਸੈਕਸ਼ਨ ਖੁੱਲ੍ਹਾ ਪਿਆ ਹੋਇਆ, ਹੁਣ ਜੋ ਮਰਜ਼ੀ ਲਿਖੀ ਜਾਓਗੇ ਯਕੀਨ ਕਰੋ ਤੁਹਾਨੂੰ ਕੋਈ ਬੰਦਾ ਨਹੀਂ ਰੋਕੇਗਾ ਔਰ ਨਾ ਹੀ ਤੁਹਾਨੂੰ ਕੋਈ ਜਵਾਬ ਦੇਗਾ। ਅਗਲੇ 2-3 ਮਹੀਨਿਆਂ ਦਾ ਤਿੱਕਰ ਤਾਂ ਕੋਈ ਨਹੀਂ ਜਵਾਬ ਦੇਗਾ, 2-3 ਮਹੀਨਿਆਂ ਬਾਅਦ ਫਿਰ ਵੇਖਾਂਗੇ ਕੋਈ ਵੀਡੀਓ ਬਣਾਉਣੀ ਹੈ ਕਿ ਨਹੀਂ ਬਣਾਉਣੀ। ਹਾਂਜੀ ਚੱਲੀਏ ਜੀ, ਹੁਣ ਰੋਟੀ ਬਹਿ ਕੇ ਇੱਥੇ ਖਾ ਲਵਾਂ, ਫਿਰ ਜਾਣਾ ਵਾ ਅੱਗ ਤੇ ਬਹਿ ਕੇ ਖਾ ਲਵਾਂ। ਜਦੋਂ ਦੇ ਅਸੀਂ ਮਿੱਟੀ ਵਾਲੇ ਬਰਤਨ ਲੈ ਕੇ ਆਏ ਹਾਂ ਨਾ ਜੀ, ਔਰ ਇਹਨਾਂ ਕੌਲਿਆਂ ਵਿੱਚ ਅਸੀਂ ਖਾਣਾ ਸ਼ੁਰੂ ਕੀਤਾ ਨਾ, ਉਦੋਂ ਦਾ ਅਸੀਂ ਦਾਲ ਹੀ ਖਾਧੀ ਜਾਂਦੇ। ਅੱਗੇ ਵੀ ਦਾਲ ਪਕਾ ਕੇ ਇਹਦੇ ਵਿੱਚ ਖਾਧੀ ਆ, ਤੇ ਅੱਜ ਵੀ ਜਿਹੜੀ ਨਾ ਜੀ ਦਾਲ ਪੱਕੀ ਹੋਈ ਆ, ਚੈੱਕ ਕਰੋ।
ਲੋ ਜੀ ਇਹ ਮੁੰਡੇ ਤੇ ਜਾ ਗਿਆਨ ਸੇ ਵਿਰਾਨਾ ਨਾ ਯਾਰ ਕੋਲੀ ਨੂੰ ਬਰੇ ਚਾਨੇ ਬਟੀਜ ਨੇ ਲੋ ਜੀ ਰੋਟੀਆਂ ਛੋਟੀਆਂ ਪਕਾ ਕੇ ਨਾ ਬੱਚਿਆਂ ਨੂੰ ਪਹਿਲੇ ਗੱਲ ਦਿੱਤਾ ਸੀ ਔਰ ਅਸੀਂ ਵੀ ਜਿਹੜਾ ਨਾ ਹੁਣ ਕਰ ਜਾਂਦੇ ਪਏ ਹਾਂ ਜੀ ਔਰ ਇੰਨਾ ਆਸਾਨ ਨਹੀਂ ਹੁੰਦਾ ਕਿ ਇੱਥੇ ਆ ਕੇ ਖਾਣਾ ਪਕਾਉਣਾ ਫਿਰ ਜਾ ਕੇ ਨਾ ਘਰ ਜਾਣਾ ਔਰ ਇੰਨਾ ਕੁਛ ਸਾਰਾ ਇੱਥੇ ਕੀਤਾ ਹੈ ਨਾ ਇਹ ਸਾਰਾ ਘਰ ਸ਼ਰ ਬਣਾਇਆ ਹੈ ਇਹ ਮੈਂ ਬੇਵਕੂਫ ਵੀ ਨਹੀਂ ਸੀ ਹੈ ਕਿ ਮੈਂ ਇੰਨਾ ਇੱਥੇ ਖਰਚਾ ਕੀਤਾ ਵਾ ਸਾਰਾ ਜਿਹੜਾ ਨਾ ਘਰ ਡਿਵੈਲਪ ਕੀਤਾ ਵਾ ਬਿਜਲੀ ਲਾਈ ਹੈ ਵਾਸ਼ਰੂਮ ਬਣਵਾਇਆ ਜਾਂ ਰਹਿਣ ਵਾਸਤੇ ਜੋ ਜੋ ਚੀਜ਼ਾਂ ਜ਼ਰੂਰੀ ਹੁੰਦੀਆਂ ਨੇ ਨਾ ਉਹ ਸਾਰੀਆਂ ਇੱਥੇ ਅਵੇਲੇਬਲ ਇਸ ਵਜ੍ਹਾ ਤੋਂ ਨਹੀਂ ਕੀਤੀਆਂ ਕਿ ਮੈਂ ਬੇਵਕੂਫ ਸੀ ਅਤੇ ਸਾਰੀਆਂ ਗੱਲਾਂ ਜਿਹੜੀਆਂ ਆਉਂਦੀਆਂ ਨਾ ਉਹ ਹਰ ਬੰਦਾ ਨਹੀਂ ਸਮਝ ਸਕਦਾ ਹੁੰਦਾ ਅਤੇ ਨਾ ਹਰ ਬੰਦੇ ਨੂੰ ਸਮਝ ਆਉਂਦੀ ਆ ਅਤੇ ਕੁਛ ਸਾਨੂੰ ਸਮਝਦੇ ਨੇ ਜੀ ਇਹ ਜਿਹੜਾ ਨਾ ਇੱਥੇ ਆਉਂਦੇ ਨੇ ਜੀ ਤੁਸੀਂ ਅੱਛੇ ਹੈਗੇ ਹੋ ਅਤੇ ਤੁਸੀਂ ਮਤਲਬ ਉਹਨਾਂ ਦੇ ਸਾਹਮਣੇ ਅਤੇ ਉਹ ਗਰੀਬ ਹੈਗੇ ਨੇ ਉਹ ਸਾਡੇ ਨਾਲ ਦੇ ਨੇ ਅਸੀਂ ਉਹਨਾਂ ਦੇ ਨਾਲ ਦੇ ਹੀ ਹਾਂ ਕੋਈ ਗਰੀਬੀ ਅਮੀਰੀ ਕੋਈ ਨਹੀਂ ਸਾਡੇ ਵਿੱਚ ਉਹ ਵੀ ਸਾਡੇ ਜਿਤਨੇ ਨੇ ਅਤੇ ਅਸੀਂ ਵੀ ਉਹਨਾਂ ਜਿਤਨੇ ਹੀ ਹਾਂ ਬਸ ਉਹ ਨਜ਼ਰ ਥੋੜ੍ਹਾ ਜਿਹਾ ਆਉਂਦੇ ਨੇ ਉਹ ਨਜ਼ਰ ਥੋੜ੍ਹਾ ਜਿਹਾ ਜਿਹੜਾ ਨਾ ਉਹ ਆਉਂਦੇ ਨੇ ਵੀ ਮਤਲਬ ਬਹੁਤ ਹੀ ਜ਼ਿਆਦਾ ਲੋਅਰ ਫੈਮਿਲੀ ਹੈ ਜਾਂ ਅਸੀਂ ਨਜ਼ਰ ਆਉਂਦੇ ਹਾਂ ਕਿ ਸ਼ਾਇਦ ਅਸੀਂ ਬਹੁਤ ਹੀ ਜ਼ਿਆਦਾ ਕੋਈ ਬਿਜ਼ਨਸ ਕਲਾਸ ਜਿਹੜੀ ਹੈ ਨਾ ਉਹ ਸਾਡੀ ਬਣ ਗਈ ਅਸੀਂ ਵੀ ਹਾਲੇ ਉਸੇ ਕਲਾਸ ਵਿੱਚ ਹੀ ਹਾਂ ਅਤੇ ਉਹ ਵੀ ਉਸੇ ਕਲਾਸ ਦੇ ਲੋਕ ਨੇ ਬਰਾਲ ਜੀ ਅੱਜ ਦਾ ਵਲੋਗ ਜਿਹੜਾ ਨਾ ਖਤਮ ਕਰਨਾ ਹੈ ਇਨਸ਼ਾਅੱਲਾ ਸੁਬਹ ਇੱਕ ਮਿਲਾਂਗੇ ਅੱਛੀ ਜੀ ਪਿਆਰੀ ਜੀ ਯੂਨੀਕ ਜੋ ਮਿੱਠੀ ਜੀ ਵੀਡੀਓ 'ਚ ਦੁਬਾਰਾ ਮੈਂ ਅੱਗੋਂ ਵੀ ਵੇਖਦਾ ਪਿਆ ਕਿਉਂਕਿ ਫਲੈਸ਼ ਲਾਈਟ ਵੱਜਦੀ ਪਈ ਨਾ ਅਤੇ ਮੈਨੂੰ ਅੱਗੋਂ ਕੋਈ ਸ਼ੈ ਨਹੀਂ ਨਜ਼ਰ ਆਉਂਦੀ ਪਈ ਮੈਂ ਗੈਸ ਨਾਲ ਜਾ ਰਿਹਾ ਵਾਂ ਬਰਾਲ ਜੀ ਅੱਜ ਦੀ ਵੀਡੀਓ ਜਿਹੜੀ ਹੈ ਨਾ ਉਹ ਖਤਮ ਕਰਨਾ ਮਿਲਣਾ ਸੁਬਹ ਇੱਕ ਅੱਛੀ ਜੀ ਪਿਆਰੀ ਜੀ ਯੂਨੀਕ ਜੋ ਮਿੱਠੀ ਜੀ ਵੀਡੀਓ 'ਚ ਦੁਬਾਰਾ ਸਫਦਰ ਹੁਸੈਨ ਰੋਦੀ ਪੂਰੀ ਫੈਮਿਲੀ ਨੂੰ ਇਜਾਜ਼ਤ ਆਪਣਾ ਬਹੁਤ ਸਾਰਾ ਖਿਆਲ ਰੱਖਣਾ ਦੁਆਵਾਂ ਯਾਦ ਰੱਖਣਾ ਪੰਡਾ ਬਨ ਬਨ ਪਿਆਰ ਅੱਲਾ ਹਾਫਿਜ਼ ਅੱਲਾ ਹਾਫਿਜ਼।